ਹਾਂ, ਤੁਸੀਂ ਦੇਖ ਰਹੇ ਹੋ ਦੈਨਿਕ ਸਵਰ ਟੀ ਵੀ, ਮੈਂ ਹਾਂ ਸੰਦੀਪ ਸ਼ਰਮਾ। ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ 37ਵਾਂ ਇੰਟਰ ਯੂਨੀਵਰਸਿਟੀ ਨੈਸ਼ਨਲ ਯੂਥ ਫੈਸਟੀਵਲ ਜਿਹੜਾ ਆਗਾਜ਼ 28 ਤਰੀਕ ਹੋ ਚੁੱਕਾ ਸੀ। ਤੁਹਾਨੂੰ ਦੱਸ ਦਈਏ ਤਕਰੀਬਨ 109 ਤੋਂ ਵੱਧ ਯੂਨੀਵਰਸਿਟੀਆਂ ਇਸ ਯੂਥ ਫੈਸਟੀਵਲ 'ਚ ਆਪਣਾ ਪਾਰਟੀਸਪੇਟ ਕਰ ਰਹੀਆਂ। ਤਾਂ ਇੱਕ ਬਹੁਤ ਵੱਡਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਮਾਣ ਹੈ। ਤੋ ਇਸ ਟਾਈਮ ਜਿਹੜੇ ਮੇਰੇ ਨਾਲ ਮੌਜੂਦ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ, ਪੂਰੀ ਜਾਣਕਾਰੀ ਹਾਸਲ ਕਰਦੇ ਜਿਹੜਾ ਇਹ ਯੂਥ ਫੈਸਟੀਵਲ ਜਿਹੜਾ ਕਰਾਉਣ ਦਾ ਜਿਹੜਾ ਮਾਣ ਪ੍ਰਾਪਤ, ਹੋਸਟ ਕਰਨ ਦਾ ਮਾਣ ਪ੍ਰਾਪਤ ਹੈ, ਅਤੇ ਕਿਸ ਤਰ੍ਹਾਂ ਦਾ ਇਹ ਤਜ਼ਰਬਾ ਰਿਹਾ ਔਰ ਜਿਹੜੇ ਵਿਦਿਆਰਥੀ ਗਏ ਕਿਸ ਤਰ੍ਹਾਂ ਦਾ ਮਾਣ ਮਾਣ ਰਹੇ ਇੱਥੇ, ਦੱਸੋ ਅਗਰ ਤੁਹਾਡਾ ਦੈਨਿਕ ਸਵੇਰ ਟੀ। ਸਤਿ ਸ਼੍ਰੀ ਅਕਾਲ ਜੀ, ਸਾਡੇ ਬਈ 37ਵਾਂ ਯੂਥ ਫੈਸਟੀਵਲ ਜਿਹੜਾ ਬੜਾ ਵੱਡਾ ਇੱਕ ਮਾਣ ਹੈ ਪੰਜਾਬ ਦੀ ਯੂਨੀਵਰਸਿਟੀ ਦੇ, ਹੋਸਟ ਕਰਨ ਦਾ ਮਾਣ ਮਿਲਿਆ, ਕਿਸ ਤਰ੍ਹਾਂ ਦੇਖ? ਹਾਂ, ਇਹ ਜੋ ਯੂਥ ਫੈਸਟੀਵਲ ਹੋ ਰਿਹਾ ਹੈ, ਇਹ 37ਵਾਂ ਯੂਥ ਫੈਸਟੀਵਲ ਹੈਗਾ, ਅਤੇ ਇਹ ਸਾਡੀ ਇੰਡੀਆ ਦੇ ਵਿੱਚ ਇੱਕ AIU ਹੈਗਾ, ਐਸੋਸੀਏਟ ਆਫ ਇੰਡੀਅਨ ਯੂਨੀਵਰਸਿਟੀਜ਼, ਅਤੇ ਉਹਨਾਂ ਵੱਲੋਂ ਇਹ ਸਾਨੂੰ ਦਿੱਤਾ ਗਿਆ। ਅਸੀਂ ਰਿਕੁਐਸਟ ਕੀਤੀ ਸੀ ਉਹਨਾਂ ਨੂੰ ਕਿ ਅੱਜ ਤਾਈਂ ਇਹ ਕਦੇ ਵੀ ਇੱਦਾਂ ਦਾ ਜਿਹੜਾ ਯੂਥ ਫੈਸਟੀਵਲ ਆ ਨੈਸ਼ਨਲ ਲੈਵਲ ਦਾ, ਉਹ ਪੰਜਾਬ 'ਚ ਨਹੀਂ ਸੀ ਹੋਇਆ, ਅਤੇ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਨੂੰ ਵੀ ਮੌਕਾ ਦਿਓ, ਅਤੇ ਅਸੀਂ ਪੰਜਾਬ 'ਚ ਕਰਨਾ ਚਾਹੁੰਦੇ ਹਾਂ। ਉਹਨਾਂ ਦੀਆਂ ਦੋ ਡਿਮਾਂਡ ਸੀ, ਉਹ ਕਹਿੰਦੇ ਸੀ ਕਿ ਤੁਹਾਡੇ ਕੋਲ ਇਨਫਰਾਸਟ੍ਰਕਚਰ ਹੈਗਾ ਨਾ, ਕਿਉਂਕਿ ਬਹੁਤ ਬੱਚਿਆਂ ਨੇ ਆਉਣਾ। ਅਸੀਂ ਕਿਹਾ ਸਾਡੇ ਕੋਲ ਹੈਗਾ ਉਹ, PAU ਬਹੁਤ ਵੱਡੀ ਚੀਜ਼ ਹੈ, ਅਤੇ ਦੂਜਾ ਸੀ ਕਿ ਤੁਹਾਨੂੰ ਫਾਈਨੈਂਸ ਦੀ ਲੋੜ ਹੋਏਗੀ। ਅਸੀਂ ਕਿਹਾ ਅਸੀਂ ਉਹ ਵੀ ਜ਼ਰੂਰ ਜਿੰਨੀ ਲੱਗੇਗੀ ਫਾਈਨੈਂਸ, ਅਤੇ ਅਸੀਂ ਕਰਾਂਗੇ। ਸੋ ਉਹਨਾਂ ਨੇ ਵਿਸ਼ਵਾਸ ਕੀਤਾ ਸਾਡੇ 'ਤੇ, ਅਤੇ ਅਸੀਂ ਵੀ ਇਹ ਹੈਗਾ ਜੇ ਵਿਸ਼ਵਾਸ ਕੀਤਾ ਅਸੀਂ ਪੂਰੇ ਉਤਰੀਏ। ਸੋ ਸਾਨੂੰ ਐਲੋਕੇਸ਼ਨ ਹੋ ਗਈ ਸੀ, ਅਤੇ ਜਿਵੇਂ ਤੁਸੀਂ ਕਿਹਾ ਇਹਦੇ ਵਿੱਚ ਹੁਣ ਇਹ ਤਕ ਵੀ ਐਕਸਪੈਕਟਡ ਹੈਗਾ ਕਿ 120 ਯੂਨੀਵਰਸਿਟੀਆਂ ਆਉਣਗੀਆਂ, ਮੋਸਟਲੀ ਤਾਂ ਆ ਗਈਆਂ ਨੇ 109-10, ਪਰ ਕੁਛ ਇਹੋ ਜਿਹੇ ਵੀ ਹੈਗੇ ਜਿਹੜੇ ਨੇ ਹਾਲੇ 1-2 ਦਿਨ 'ਚ ਹੋਰ ਕਰਾਉਣਾ ਰਜਿਸਟ੍ਰੇਸ਼ਨ, ਛੋਟੀਆਂ ਆਈਟਮਾਂ ਵਾਲੇ। ਸੋ ਲਗਭਗ 120 ਯੂਨੀਵਰਸਿਟੀਆਂ ਦੇ ਪਾਰਟੀਸਪੇਟ ਕਰਨਗੀਆਂ, ਅਤੇ ਇਹ ਤਕਰੀਬਨ ਸਾਰੀਆਂ ਸਟੇਟਸ ਤੋਂ ਹੀ ਆਈਆਂ ਨੇ। ਨੋਰਮਲੀ ਕੀ ਹੁੰਦਾ ਕਿ ਜਿਹੜੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਦੀ ਇੰਟਰੈਕਸ਼ਨ ਹੈਗੀ ਹੈ ਉਹ ਐਗਰੀਕਲਚਰ ਯੂਨੀਵਰਸਿਟੀ ਨਾਲ ਹੀ ਹੁੰਦੀ ਹੈ, ਅਤੇ ਇਹ ਜਿਹੜੀ ਹੈਗੀ ਕਿ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆ ਰਹੀਆਂ ਨੇ, ਪਰ ਬਾਕੀ ਜਿਹੜੀਆਂ 115-16 ਯੂਨੀਵਰਸਿਟੀਆਂ ਨੇ ਉਹ ਟ੍ਰੈਡੀਸ਼ਨਲ ਨੇ, ਅਤੇ ਇੱਕ ਇਹ ਗੁੱਡ ਮਿਕਸ ਹੈਗਾ ਐਗਰੀਕਲਚਰ ਯੂਨੀਵਰਸਿਟੀ ਦਾ ਟੈਲੈਂਟ ਅਤੇ ਟ੍ਰੈਡੀਸ਼ਨਲ ਯੂਨੀਵਰਸਿਟੀਆਂ ਦਾ ਟੈਲੈਂਟ। ਖਾਸ ਕਰਕੇ ਅਸੀਂ ਵੇਖਦੇ ਜਿਹੜੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟੈਲੈਂਟ ਹੈਗਾ ਹੈ, ਪਰ ਸਾਡੇ ਬੱਚੇ ਸਾਇੰਸ ਦੇ ਹੁੰਦੇ ਨੇ, ਆਰਟਸ ਦੇ ਵਿੱਚ ਘੱਟ ਉਹਨਾਂ ਦਾ ਇੰਟਰਸਟ ਹੁੰਦਾ ਜਾਂ ਟਾਈਮ ਨਹੀਂ ਹੁੰਦਾ, ਪਰ ਇਹ ਬੱਚੇ ਸਾਡੇ ਨਾਲੋਂ, ਸਾਨੂੰ ਇਹ ਲੱਗਦਾ ਕਿ ਜਿਹੜੀ ਇਹਨਾਂ ਦੀ ਕਲਚਰ ਹੈ, ਹੈਰੀਟੇਜ ਹੈ, ਆਪਣੀ ਆਪਣੀ ਸਟੇਟ ਦੀ ਹਿਸਟਰੀ ਹੈ, ਇਹ ਬਹੁਤ ਅੱਛਾ ਡਿਪੈਕਟ ਕਰ ਰਹੇ ਨੇ। ਸੋ ਸਾਡੇ ਬੱਚੇ ਲਰਨ ਕਰਨਗੇ ਇਹਨੂੰ। ਸੋ ਇਹਦੇ ਵਿੱਚ ਇਹ ਜਿਹੜਾ ਯੂਥ ਹੈ, ਯੂਥ ਕੋਲ ਇੰਨੀ ਐਨਰਜੀ ਹੁੰਦੀ ਹੈ ਕਿ ਉਹ ਕਿਸੇ ਗੱਲ ਨੂੰ ਕਹਿ ਸਕਦਾ, ਜੇ ਕਲਚਰ ਹੈ ਉਹਨੂੰ ਕਲਚਰ ਨੂੰ ਸ਼ੋਅ ਕਰ ਸਕਦਾ, ਐਨਰਜੀ ਬਹੁਤ ਹੁੰਦੀ ਹੈ। ਸੋ ਇੱਕ ਬਹੁਤ ਵਧੀਆ ਪਲੇਟਫਾਰਮ ਇਹ ਜਿੱਥੇ ਅਸੀਂ ਯੂਥ ਫੈਸਟੀਵਲ ਕਰਾ ਰਹੇ ਹਾਂ। ਨੋਰਮਲੀ ਪੰਜਾਬ ਦੇ ਵਿੱਚ ਵੀ ਹਰ ਇੱਕ ਕਾਲਜ ਹਰ ਸਾਲ ਆਪਣਾ ਯੂਥ ਫੈਸਟੀਵਲ ਕਰਦਾ, ਉਸ ਤੋਂ ਬਾਅਦ ਫਿਰ ਉਹ ਕਾਲਜ ਜਿਹੜੀ ਯੂਨੀਵਰਸਿਟੀ ਨੂੰ ਅਫੀਲੀਏਟਡ ਹੁੰਦਾ ਉਹ ਯੂਨੀਵਰਸਿਟੀ ਲੈਵਲ ਦਾ ਇੱਕ ਯੂਥ ਫੈਸਟੀਵਲ ਹੁੰਦਾ। ਫਿਰ ਇੱਕ ਸਾਡਾ ਜੋਨਲ ਹੁੰਦਾ ਇੱਥੇ, ਉਹ ਹੁੰਦਾ ਕਿ ਸਾਡਾ ਜਿਹੜਾ ਇਹ ਜੋਨ ਹੈ ਪੰਜਾਬ, ਇਹ ਨੌਰਥ ਜੋਨ 'ਚ ਆਉਂਦਾ ਹੈ, ਜਿਹਦੇ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ, ਅਤੇ ਇਹਨੂੰ ਅਸੀਂ ਜੋਨਲ ਕਹਿੰਦੇ ਹਾਂ। ਅਤੇ ਇਹਦੇ ਇਸੇ ਤਰ੍ਹਾਂ ਦੇ ਹੁਣ 8 ਜੋਨ ਕੰਟਰੀ 'ਚ ਬਣੇ ਹੋਏ ਨੇ, 7 ਜੋਨ ਹੋਰ ਨੇ ਨੌਰਥ ਤੋਂ ਬਗੈਰ। ਸੋ ਹੁਣ ਉਹ 8 ਦੇ ਜਿਹੜੇ 8 ਜੋਨਾਂ ਦੇ ਜੇਤੂ ਨੇ, ਉਹ ਸਾਰੇ ਜੇਤੂ ਇੱਥੇ ਪਰਫੋਰਮ ਕਰ ਰਹੇ ਨੇ। ਸੋ ਇਹ 8 ਜੋਨਾਂ ਦਾ ਫਾਈਨਲ ਹੈਗਾ ਹੁਣ। ਸੋ ਵਾਕਈ ਇਹਨਾਂ ਦੀ ਜਿਹੜੀ ਕੁਆਲਿਟੀ ਹੈ ਨਾ, ਕਿਉਂਕਿ ਹਰ ਇੱਕ ਇਹ ਜੋਨ 'ਚੋਂ ਜਿੱਤ ਕੇ ਆਏ ਹੋਏ ਨੇ, ਸੋ ਇਹਨਾਂ ਦੀ ਕੁਆਲਿਟੀ ਜਿਹੜੀ ਇੱਥੇ ਪਰਫੋਰਮੈਂਸ ਦੀ ਹੈਗੀ, ਦੈਟ ਇਜ਼ ਰੀਅਲੀ ਰਿਮਾਰਕੇਬਲ, ਅਤੇ ਮੈਂ ਵੇਖ ਰਿਹਾ ਸੀ ਇਨਕ੍ਰੈਡੀਬਲ, ਅਤੇ ਯੂ ਕਾਂਟ ਬਲੀਵ ਕਿ ਇੱਦਾਂ ਦੀ ਇਹਦੀ ਪ੍ਰਜੈਂਟੇਸ਼ਨ ਹੋਏਗੀ। ਸਾਰੇ ਰਿਫਾਈਨਡ ਆਰਟਿਸਟ ਲੱਗਦੇ, ਰਿਫਾਈਨਡ ਆਰਟਿਸਟ ਨੇ, ਇਹਨਾਂ 'ਚੋਂ ਹੀ ਅੱਗੇ ਜਿਹੜੇ
ਫਿਲਮ ਇੰਡਸਟਰੀ ਜਾਣੇ ਨੇ ਅਤੇ ਇੱਕ ਅਸੀਂ ਇਹਦਾ ਨਾਮ ਵੀ ਦਿੱਤਾ ਹੁਨਰ ਦਾ ਹਾਰਵੈਸਟ। ਅਸੀਂ ਆਪਣੀ ਕਿਉਂਕਿ ਇਸ ਕਰਕੇ ਦਿੱਤਾ, ਨੋਰਮਲੀ ਅਸੀਂ ਟੋਕ ਕਰਦੇ ਹਾਂ ਅੰਗਰੇਜ਼ੀ ਆਪਣੀ ਰੂਸੀ ਦੇ ਵਿੱਚ ਕ੍ਰੋਪ ਹਾਰਵੈਸਟ, ਹਾਰਵੈਸਟਿੰਗ ਸਟਾਰਟ ਹੋਣੀ ਇਹਨੂੰ ਵੀਟ ਦੀ, ਜਿਹਦੇ ਅਸੀਂ ਗ੍ਰੇਨ ਹਾਰਵੈਸਟ ਕਰਦੇ ਹਾਂ। ਅਤੇ ਇੱਦਾਂ ਹੀ ਅਸੀਂ ਇਹਦੇ 'ਚ ਹੁਨਰ ਨੂੰ ਨਾਂ ਦਿੱਤਾ ਕਿ ਇਹ ਹਾਰਵੈਸਟ ਅਸੀਂ ਕਰਨਾ, ਇਹਦੇ 'ਚ ਟੇਲੈਂਟ ਹਾਰਵੈਸਟ ਹੋਣਾ, ਜਿਨ੍ਹਾਂ ਨੇ ਅੱਗੇ ਫਿਲਮ ਇੰਡਸਟਰੀ 'ਤੇ ਜਾਣਾ, ਨੈਸ਼ਨਲ ਲੈਵਲ 'ਤੇ ਜਾਣਾ, ਇੰਟਰਨੈਸ਼ਨਲ ਲੈਵਲ 'ਤੇ ਜਾਣਾ। ਸੋ ਬਹੁਤ ਵਧੀਆ ਪਲੇਟਫਾਰਮ ਹੈ ਕਿਸ ਦੇ ਪੰਜਾਬ ਦਾ ਅੱਗੇ ਆਲਰੇਡੀ ਦਾ ਹੈਰੀਟੇਜ ਔਰ ਕਲਚਰ ਹੈ ਕਾਫੀ ਵਾਸਟ ਹੈਗਾ ਕਿਸ ਦੇ, ਤੋਂ ਇਹਦਾ ਹਰ ਸਟੇਟ ਜਿਹੜੇ ਪੂਰੇ ਭਾਰਤ ਵਿੱਚ ਜਿਹੜੇ ਬੱਚੇ ਇੱਥੇ ਆਏ ਆ, ਹਰ ਧਰਮਾਂ ਤੋਂ ਅਲੱਗ ਬਿਲੋਂਗ ਕਰਦੇ, ਹਰ ਸਟੇਟ ਤੋਂ ਆਪਣਾ ਆਪਣਾ ਕਲਚਰ ਹੋਊਗਾ, ਲੱਗ ਰਿਹਾ ਵੀ ਇੱਥੇ ਪੰਜਾਬ 'ਚ ਆ ਕੇ ਇੱਕ ਨਵੀਂ ਚੀਜ਼ ਨੂੰ ਮਿਲ ਸਕਦੀ ਹੈ, ਸਾਨੂੰ ਵੀ ਸਿੱਖਣ ਨੂੰ ਮਿਲ ਸਕਦੀ। ਇੱਕ ਤਾਂ ਅਸੀਂ ਵੇਖਦੇ ਹਾਂ ਕਿ ਅਸੀਂ ਫੂਡ ਦੀ ਪਹਿਲੀ ਗੱਲ ਹੈ, ਪਹਿਲਾਂ ਤਾਂ ਸਾਡਾ ਜਿਹੜਾ ਪੰਜਾਬ ਹੈ, ਆਪਾਂ ਪੰਜਾਬੀ ਦੇ ਆਪਾਂ ਨੋਨ ਆ ਕਿ ਅਸੀਂ ਬਹੁਤ ਵੱਡੇ ਦਿਲ ਦੇ ਹੁੰਦੇ ਹਾਂ, ਅਸੀਂ ਬਹੁਤ ਲੋਕਾਂ ਦੀ ਮਹਿਮਾਨ ਨਵਾਜੀ ਵੀ ਕਰਦੇ ਹਾਂ ਅਤੇ ਪੰਜਾਬ ਦਾ ਫੂਡ ਵੀ ਬਹੁਤ ਵਧੀਆ, ਜਿਵੇਂ ਆ ਕਹਿੰਦੇ ਮੱਕੀ ਦੀ ਰੋਟੀ, ਸਰਸੋਂ ਦਾ ਸਾਗ, ਸਾਰੀ ਦੁਨੀਆ ਨੂੰ ਪਤਾ ਹੈ। ਅਤੇ ਅਸੀਂ ਵੀ ਵੈਸੇ ਸਾਇੰਸ ਦੇ ਵਿੱਚ ਬਹੁਤ ਨੈਸ਼ਨਲ ਲੈਵਲ ਦੀਆਂ, ਇੰਟਰਨੈਸ਼ਨਲ ਲੈਵਲ ਦੀਆਂ ਕਾਨਫਰੰਸਿਸ ਕਰਾਉਂਦੇ ਹਾਂ ਜਿਹਦੇ 'ਚ ਸਾਡੇ ਕੋਲ ਸਾਇੰਟਿਸਟ ਆਉਂਦੇ, ਉਹ ਸਾਇੰਟਿਸਟ ਹੁੰਦੇ ਨੇ, ਹੁਣ ਇਹ ਬੱਚੇ ਆਏ ਨੇ। ਅਤੇ ਇਹਨਾਂ ਦੇ ਕਈ ਪੇਰੈਂਟਸ ਨੇ ਦੱਸਿਆ ਹੋਊਗਾ ਕਿ ਪੰਜਾਬ ਚੱਲਿਓ, ਪੰਜਾਬ ਦੇ ਵਿੱਚ ਫੂਡ ਬਹੁਤ ਵਧੀਆ, ਪੰਜਾਬ ਦਾ ਇਨਵਾਇਰਮੈਂਟ ਬਹੁਤ ਵਧੀਆ, ਪੰਜਾਬ ਦੇ ਲੋਕ ਬੜੇ ਖੁੱਲ੍ਹੇ ਸੁਭਾਅ ਦੇ ਨੇ। ਸੋ ਅਸੀਂ ਉਹ ਚੀਜ਼ਾਂ ਪ੍ਰੂਵ ਕਰਨੀਆਂ ਨੇ। ਹੁਣ ਅਸੀਂ ਜਿਵੇਂ ਹੁਣ ਇੱਥੇ ਫੂਡ ਕੋਰਟ ਬਣਾਇਆ, ਬਹੁਤ ਵੱਡਾ ਫੂਡ ਕੋਰਟ ਬਣਾਇਆ, ਅਤੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ, ਉਹਦੇ 'ਚ ਵਰਾਇਟੀ ਆਫ ਫੂਡ ਹੋਵੇ, ਅਸੀਂ ਆਪਣਾ ਫੂਡ ਤਾਂ ਦੇ ਹੀ ਰਹੇ ਜੋ ਪੰਜਾਬ ਦਾ ਬੈਸਟ ਹੈਗਾ। ਅਤੇ ਅਸੀਂ ਜਿਹੜੇ ਇਹਨਾਂ ਦੀਆਂ ਵੀ ਇੱਕ ਅੱਧੀ ਆਈਟਮ ਡੇਲੀ, ਜਿਹੜਾ ਸਾਊਥ ਇੰਡੀਅਨ ਫੂਡ ਹੈ, ਈਸਟ ਇੰਡੀਆ ਦਾ ਫੂਡ ਹੈਗਾ ਅਤੇ ਮੱਧ ਪ੍ਰਦੇਸ਼ ਦਾ ਫੂਡ ਹੈ, ਇੱਕ ਅੱਧੀ ਆਈਟਮ ਉਹਦੀ ਵੀ ਰੱਖ ਦਿੰਦੇ ਕਿ ਬੱਚੇ ਮਿਸ ਨਾ ਕਰ ਦੇਣ। ਪਰ ਸਾਡਾ ਇਹ ਬਹੁਤ ਇੰਜੋਏ ਕਰਦੇ, ਮੈਂ ਪੁੱਛਦਾ ਰਹਿੰਦਾ, ਉਹ ਕਹਿੰਦੇ ਵੀ ਆਪਣਾ ਫੂਡ ਤਾਂ ਅਸੀਂ ਖਾਂਦੇ ਰਹਿੰਦੇ ਹਾਂ, ਤੁਹਾਡਾ ਫੂਡ ਖਾ ਕੇ ਸਾਨੂੰ ਅੱਛਾ ਲੱਗਦਾ ਹੋਰ ਵੀ। ਸੋ ਉਹ ਬਹੁਤ ਖੁਸ਼ ਨੇ, ਇੱਕ ਇਹਨਾਂ ਨੂੰ ਬਹੁਤ ਲੱਗਿਆ। ਬੰਬੇ ਯੂਨੀਵਰਸਿਟੀ ਨਾਲ ਮੈਂ ਕੱਲ੍ਹ ਹੀ ਬੱਚਿਆਂ ਵਾਲਾ ਮੈਂ ਬੈਠਦਾ, ਬੱਚਿਆਂ ਦੇ ਵਿੱਚ ਜਿਹੜੇ ਬਾਹਰੋਂ ਆਏ ਨੇ, ਮੈਨੂੰ ਜਾ ਕੇ ਬੈਠਦੇ ਨੇ, ਉਹਨਾਂ ਨਾਲ ਗੱਲਾਂ ਕਰੀਦੀਆਂ ਨੇ, ਉਹ ਕਿੱਦਾਂ ਦਾ ਮਹਿਸੂਸ ਕਰਦੇ ਨੇ, ਉਹਨਾਂ ਨੂੰ ਕੋਈ ਹੋਮਸਿਕਨੈਸ ਨਾ ਹੋਵੇ ਵੀ ਸਾਡਾ ਕੋਈ ਕੇਅਰ ਇੱਥੇ ਕਰ ਰਿਹਾ। ਅਤੇ ਉਹ ਬੱਚੇ ਬੰਬੇ ਵਾਲੇ ਮੈਨੂੰ ਕਹਿ ਰਹੇ ਸੀ ਕਿ ਬੰਬੇ ਵਿੱਚ ਤਾਂ ਜਿੱਡਾ ਤੁਹਾਡਾ ਯੂਨੀਵਰਸਿਟੀ ਦਾ ਕੈਂਪਸ ਹੈ, ਇਹਦੀ ਜਗ੍ਹਾ ਹੁੰਦੀ ਨਹੀਂ ਕਿਤੇ ਬੰਬੇ ਸ਼ਹਿਰ ਦੇ ਵਿੱਚ। ਤਾਂ ਇਹ ਯੂਨੀਕ ਚੀਜ਼ ਹੈ ਕਿ ਇੱਕ ਯੂਨੀਵਰਸਿਟੀ ਦਾ ਐਡਾ ਵੱਡਾ ਕੈਂਪਸ ਹੋਵੇ। ਉਹ ਕਹਿੰਦੇ ਇੰਨਾ ਹਰਿਆ ਭਰਿਆ ਅਤੇ ਫਸਲਾਂ ਵਿੱਚ ਫਰੂਟਸ ਵੀ, ਕਹਿੰਦੇ ਅਸੀਂ ਬਾਗ ਵੀ ਦੇਖ ਕੇ ਆਏ ਤੁਹਾਡੇ। ਸੋ ਬੱਚੇ ਬਹੁਤ ਖੁਸ਼ ਨੇ। ਮੈਂ ਫੂਡ ਦਾ ਪੁੱਛਿਆ, ਉਹ ਕਹਿੰਦੇ ਫੂਡ ਸਾਡਾ ਬਹੁਤ ਵਧੀਆ, ਵੀ ਇੰਜੋਏ ਆਲ ਦੀ ਫੂਡ, ਅਤੇ ਆਪਣਾ ਸਾਨੂੰ ਮਿਲੇ ਵੀ ਨਾ ਕੋਈ ਨਹੀਂ, ਸਾਨੂੰ ਅਸੀਂ ਸੈਟਿਸਫਾਈਡ ਹਾਂ। ਅਕੋਮੋਡੇਸ਼ਨ ਦਾ ਪੁੱਛਦੇ ਰਹਿੰਦੇ ਅਸੀਂ, ਉਹ ਕਹਿੰਦੇ ਵੀ ਆਰ ਸੈਟਿਸਫਾਈਡ ਵਿਦ ਦੀ ਅਕੋਮੋਡੇਸ਼ਨ। ਅਤੇ ਕਲਚਰ ਉਹ ਆਪਣਾ ਆਪਣਾ ਨੈਚੁਰਲੀ, ਉਹਨਾਂ ਦਾ ਆਪਣਾ ਕਲਚਰ ਹੈ, ਆਪਣੀ ਹੈਰੀਟੇਜ ਹੈ, ਉਹਨੂੰ ਪ੍ਰਮੋਟ ਕਰ ਰਹੇ ਨੇ। ਅਤੇ ਸਾਡੇ ਬੱਚੇ ਇੱਥੋਂ ਦੇ ਬਹੁਤ ਸਾਰੇ ਸਟੂਡੈਂਟਸ ਨੇ, ਸਾਡੀ ਫੈਕਲਟੀ ਹੈਗੀ, ਲੁਧਿਆਣੇ ਦੇ ਬਹੁਤ ਲੋਕ ਨੇ ਇੱਥੇ ਵੇਖ ਰਹੇ ਨੇ, ਅਤੇ ਉਹ ਕਲਚਰ ਸ਼ੇਅਰਿੰਗ ਵੀ ਹੋ ਰਹੀ ਹੈ ਇਹਦੇ 'ਚ। ਸੋ ਕਲਚਰ ਸ਼ੇਅਰ ਹੋ ਰਿਹਾ, ਫੂਡ ਸ਼ੇਅਰ ਹੋ ਰਿਹਾ, ਅਤੇ ਇਨਵਾਇਰਮੈਂਟ ਉਹਨਾਂ ਨੂੰ ਬਹੁਤ ਚੰਗਾ ਲੱਗ ਰਿਹਾ। ਫਾਰਚੂਨੇਟਲੀ ਇਹ ਹੈਗਾ ਕਿ ਨੋਰਮਲੀ ਜਿਹੜਾ ਇਹ ਮਹੀਨਾ ਹੁੰਦਾ ਅਤੇ ਆਪਣਾ ਹੁਣ ਮਾਰਚ ਦਾ ਐਂਡ ਹੈ, ਗਰਮੀ ਆ ਜਾਂਦੀ ਹੈ, ਪਰ ਹੁਣ ਅੱਜ ਵੀ ਲੋਕ ਇੱਕ ਜਣੇ ਸਵੈਟਰ ਪਾਏ ਹੋਏ ਨੇ ਅਤੇ ਵਿੱਚ ਵਿੱਚ ਬੱਦਲ ਹੋ ਜਾਂਦੇ ਨੇ, ਮੀਂਹ ਪੈ ਰਿਹਾ। ਸੋ ਇਹਨਾਂ ਨੂੰ ਗ੍ਰੀਨਰੀ ਵੀ ਅੱਛੀ ਲੱਗਦੀ ਹੈ, ਇਨਵਾਇਰਮੈਂਟ ਵੀ ਅੱਛਾ ਲੱਗਦਾ, ਅਤੇ ਲੋਕਾਂ ਦੀ ਹੋਸਪਿਟੈਲਿਟੀ ਅਤੇ ਲੋਕਾਂ ਦੇ ਸੁਭਾਅ ਜਿਹੜੇ ਨੇ ਮਿਲਣਸਾਰ। ਸੋ ਉਹ ਆਲ ਦੇ ਪ੍ਰੇਜ਼ ਪੰਜਾਬ। ਸੋ ਇਹ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਦਾਸ ਜੀ ਕਿ ਸੈਂਤੀਮਾ ਇੰਟਰ ਯੂਨੀਵਰਸਿਟੀ ਜਿਹੜਾ ਯੂਥ ਫੈਸਟੀਵਲ ਲੁਧਿਆਣਾ ਨੂੰ ਪੰਜਾਬ ਵਿੱਚ ਯੂਨੀਵਰਸਿਟੀ ਨੂੰ ਹੋ ਸਕਦਾ ਮੌਕਾ ਮਿਲੇ, ਇੱਕ ਬਹੁਤ ਵੱਡੀ ਇੱਕ ਮਾਣ ਵਾਲੀ ਗੱਲ ਹੈ। ਤੁਹਾਨੂੰ ਦੱਸਦੀ ਕਿ ਜਿਹੜਾ ਖੁਦ ਹੀ ਅਬੀ ਸਾਹਿਬ ਨੇ ਗੱਲ ਕੀਤੀ ਹੈ ਵੀ ਇੱਥੇ ਇੱਕ ਨਾਮ ਇਸ ਫੈਸਟੀਵਲ ਇੱਕ ਨਾਮ ਦਿੱਤਾ ਗਿਆ ਹੁਨਰ ਆਫ ਹਾਰਵੈਸਟ, ਅਤੇ ਇੱਕ ਬਹੁਤ ਵੱਡਾ ਇੱਕ ਤੁਹਾਨੂੰ ਦੱਸਦੀ ਕਿ ਇੱਕ ਬਹੁਤ ਵੱਡੀ ਇੱਕ ਗੱਲ ਹੈ ਉਹਨਾਂ ਵਿਦਿਆਰਥੀਆਂ ਵਾਸਤੇ ਜਿਨ੍ਹਾਂ ਨੇ ਇਸ
ਯੂਥ ਫੈਸਟੀ ਤੋਂ ਬਾਅਦ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਵੱਡੀ ਇੰਡਸਟਰੀ ਯਾਨੀ ਕਿ ਬਾਲੀਵੁੱਡ ਇੰਡਸਟਰੀ ਵੱਲ ਜਾ ਸਕਦੇ ਆ ਅਤੇ ਬਹੁਤ ਵੱਡਾ ਇੱਕ ਪਲੇਟਫਾਰਮ ਹੈ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਇਹ 37ਵਾਂ ਜਿਹੜਾ ਇੰਟਰ ਸਟੇਟ ਜਿਹੜਾ ਯੂਨੀਵਰਸਿਟੀ ਨੈਸ਼ਨਲ ਫੈਸਟੀਵਲ ਹੋ ਰਿਹਾ ਅਤੇ ਯੂਥ ਕਿਤੇ ਕਿਤੇ ਨਾ ਕਿਤੇ ਇਸ ਟਾਈਮ ਜਿਹੜੇ ਪੰਜਾਬ ਦੇ ਵਿਰਾਸਤ ਕਲਚਰ ਦੀ ਗੱਲ ਕੀਤੀ ਜਾਂਦੀ ਤਾਂ ਪੰਜਾਬ ਜਿਹੜੇ ਬਾਹਰੋਂ ਦੂਜੀਆਂ ਰਾਜਾਂ ਦੇ ਜਿਹੜੇ ਵਿਦਿਆਰਥੀ ਆਏ ਆ ਪੰਜਾਬ ਦੇ ਕਲਚਰ ਨੂੰ ਕਾਫੀ ਪਸੰਦ ਕਰਦੇ, ਖਾਸ ਕਰਕੇ ਇੱਥੇ ਖਾਣੇ ਨੂੰ। ਤਾਂ ਬਹੁਤ ਵੱਡਾ ਮਾਣ ਮਿਲਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇਸ ਜਿਹੜਾ ਯੂਥ ਫੈਸਟੀਵਲ ਦੇ ਹੋਸਟ ਕਰਨ ਦਾ। ਕੈਮਰਾਮੈਨ ਮੋਨੀਸ਼ਨਾ, ਸੰਦੀਪ ਸ਼ਰਮਾ, ਡੈਨੀਫਾਈ ਟੀਵੀ, ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।